ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਚੁੱਕੀ ਹੈ ਇੱਕ ਤਰੀਕ ਤੋਂ ਇਨਾ ਪੂਨਾ ਦੇ ਵਿੱਚ ਨਹੀਂ ਚੱਲੇਗਾ WhatsApp ਲੋਕਾਂ ਨੂੰ ਲੱਗੇਗਾ ਵੱਡਾ ਝਟਕਾ ਜੀ ਹਾਂ ਦੋਸਤੋ ਵੱਡੀ ਖਬਰ ਨੂੰ ਜਾਣਨ ਦੇ ਲਈ ਅਖੀਰ ਤੱਕ ਦੇਖ ਲਿਓ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਮਸ਼ੂਰਾ ਇਨਸਟੈਂਟ ਮੈਸੇਜਿੰਗ ਐਪ WhatsApp 1 ਨਵੰਬਰ ਤੋਂ ਪੁਰਾਣੇ smartphone ਤੇ ਕੰਮ ਨਹੀਂ ਕਰੇਗਾ WhatsApp ਲਗਾਤਾਰ ਪੁਰਾਣੇ ਪੁਨਾਤੇ ਆਪਣੀ سپورਟ ਬੰਦ ਕਰ ਰਿਹਾ ਤੇ ਹੁਣ WhatsApp 43 ਪੁਰਾਣੇ smartphone ਮਾਡਲਾਂ ਤੇ ਕੰਮ ਨਹੀਂ ਕਰੇਗਾ ਤੇ WhatsApp ਲੋਕਾਂ ਦੇ ਲਈ ਦੋਸਤਾਂ ਰਿਸ਼ਤੇਦਾਰਾਂ ਦੇ ਨਾਲ ਜੁੜੇ ਰਹਿਣ ਦਾ ਇੱਕ ਮਹੱਤਵਪੂਰਨ ਤਰੀਕਾ ਹੈ ਅਜਿਹੀ ਸਥਿਤੀ ਵਿੱਚ ਫੋਨ ਉੱਤੇ WhatsApp ਬੰਦ ਕਰਨਾ ਲੋਕਾਂ ਦੇ ਲਈ ਕਾਫੀ ਛੱਟ ਕੇ ਵਾਲੀ ਗੱਲ ਹੈ ਤੇ WhatsApp ਦਾ ਸਮਰਥਨ ਖਤਮ ਕਰਨ ਵਾਲੇ ਜਿੰਨਾ ਫੋਨਾਂ ਦੀ ਸੂਚੀ ਜਾਰੀ ਕੀਤੀ ਗਿਆ ਉਹਨਾਂ ਦੇ ਵਿੱਚ Android ਅਤੇ Apple iOS ਦੋਵੇਂ ਹੀ ਮੌਜੂਦ ਹਨ ਸਨਦੀ ਰਿਪੋਰਟ ਦੇ ਅਨਸਾਰ Android 4.0 4 ਤੇ ਚੱਲਣ ਵਾਲੇ ਫੋਨਾਂ ਤੇ 스마트ਫੋਨਾਂ ਵਿੱਚ WhatsApp ਕੰਮ ਨਹੀਂ ਕਰੇਗਾ ਤੇ ਇਸ ਤੋਂ ਇਲਾਵਾ iOS 9 ਦੇ ਉੱਤੇ ਚੱਲਣ ਵਾਲੇ iPhone ਤੇ ਵੀ ਇਹਦਾ ਸਮਰਥਨ ਬੰਦ ਹੋ ਜਾਵੇਗਾ